ਜਿੱਥੇ ਰਾਂਝੇ ਰੁੜਦੇ ਹੀਰਾਂ ਲਈ, ਮਿਰਜੇ ਟੁੱਟੇ ਅੰਤੀਰਾਂ ਲਈ। ਸਾਡੀ ਅੱਜ ਦੀ ਕਹਾਣੀ ਦਾ ਪਾਤਰ ਵੀ ਇਹੋ ਜਿਹਾ ਹੀ ਹੈ। ਇਹੋ ਜਿਹਾ ਰਾਂਝਾ ਜਿਸ ਨੂੰ ਲੱਗਦਾ ਉਹਦੀ ਹੀਰ ਨੂੰ ਮਿਰਜ਼ਾ ਲੈ ਗਿਆ। ਇਹ ਨਾ ਗੱਲ ਯਾਦ ਕਰਕੇ ਮੈਨੂੰ ਕਹਾਣੀ ਯਾਦ ਆ ਜਾਂਦੀ ਮੇਰੇ ਕਾਲਜ ਟਾਈਮ ਦੀ। ਇੱਕ ਪਤੰਦਰ ਸਿੰਗਲ ਹੱਡੀ ਜਿਹਾ ਬੰਦਾ ਹੁੰਦਾ ਸੀ, ਸਾਡਾ ਦੋਸਤ ਸੀਗਾ, ਅਤੇ ਉਹਦੇ 'ਚ 8 ਗ੍ਰਾਮ ਮਰ ਕੇ ਖੂਨ ਹੋਣਾ, ਅਤੇ ਇੱਕ ਗੁੜੀ ਪਿੱਛੇ ਇੰਨਾ ਸੈਂਟੀ ਅਤੇ 3 ਗ੍ਰਾਮ ਖੂਨ ਦੀਆਂ ਤਾਂ ਪਤੰਦਰ ਉਹਨੂੰ ਚਿੱਠੀਆਂ ਲੈ ਗਿਆ। ਜਦੋਂ ਪਤਾ ਲੱਗਿਆ ਕਿ ਉਹਦਾ ਵਿਆਹ ਹੋ ਗਿਆ, ਦੌਰਾ ਪੈ ਗਿਆ ਉਹਨੂੰ, ਦੌਰਾ ਪੈ ਗਿਆ ਡਾਕਟਰ ਦੇ ਲੈ ਗਏ। ਡਾਕਟਰ ਕਹਿੰਦੇ ਤਾਂ ਖੂਨ ਹੀ ਹੈ ਨਹੀਂ, 2 ਬੋਤਲਾਂ ਖੂਨ ਦੀਆਂ ਉਹਨੂੰ 2 ਦਿਨਾਂ ਦੇ ਵਿੱਚ ਚੜ੍ਹਾਈਆਂ। ਇਹੋ ਜਿਹੇ ਜਨੂੰਨੀ ਆਸ਼ਕ ਵੀ ਹੁੰਦੇ ਆ, ਪਰ ਮੈਨੂੰ ਨਹੀਂ ਲੱਗਦਾ ਅੱਜ ਕੱਲ੍ਹ ਇਹੋ ਜਿਹੇ ਆਸ਼ਕ ਹੈਗੇ ਆ। ਜੇ ਇੱਕ ਸਹੇਲੀ ਛੱਡ ਜੇ ਤਾਂ ਪਤੰਦਰ ਕਹਿੰਦੇ ਦੂਜੀ ਹੈਗੀ ਹੈ, ਡਬਲ ਸਿਮ ਵਾਂਗੂ ਤਾਂ ਸਹੇਲੀਆਂ ਰੱਖੀ ਬੈਠੇ ਆ। ਪਰ ਸੰਜੂ ਵਰਗੇ ਕੋਈ ਇਹੋ ਜਿਹੇ ਚੰਗੇ ਆਸ਼ਕ ਵੀ ਹੈਗੇ ਆ, ਜਿਨ੍ਹਾਂ ਨੂੰ ਲੱਗਦਾ ਕਿ ਉਹਨਾਂ ਦਾ ਪਿਆਰ ਉਹਨਾਂ ਤੋਂ ਦੂਰ ਨਾ ਹੋ ਜਾਵੇ, ਉਹਨਾਂ ਦੇ ਪਿਆਰ 'ਤੇ ਦੂਰ ਜਾਣ 'ਤੇ ਉਹਨਾਂ ਦਾ ਸਾਹ ਘੁੱਟਣ ਲੱਗਦਾ। ਅਤੇ ਆ ਜਾਓ ਆਪਾਂ ਸੰਜੂ ਨੂੰ ਮਿਲਦੇ ਹਾਂ ਅਤੇ ਜਾਣਦੇ ਹਾਂ ਉਹਦੀ ਕਹਾਣੀ। ਸੰਜੂ ਜੀ, ਸਾਡੇ ਸ਼ੋਅ ਵਿੱਚ ਤੁਹਾਡਾ ਸਵਾਗਤ ਹੈ। ਧੰਨਵਾਦ ਜੀ। ਲਾਈਫ ਦਾ ਕੀ ਸੀਨ ਹੈ? ਮੈਨੂੰ ਤਾਂ ਸਰ ਕਲਾਈਮੈਕਸ ਹੀ ਲੱਗ ਰਿਹਾ ਜੀ, ਬਾਕੀ ਤੁਹਾਨੂੰ ਦੱਸ ਹੀ ਦਿੱਤਾ। ਆਪਣੇ ਬਾਰੇ ਕੁਝ ਦੱਸੋ। ਮੇਰਾ ਨਾਮ ਸੰਜੂ ਬੰਸਲ ਹੈ, ਮੈਂ ਫਿਰੋਜ਼ਪੁਰ ਦਾ ਰਹਿਣ ਵਾਲਾ। 26 ਸਾਲ ਮੇਰੀ ਉਮਰ ਹੈ। ਮੇਰੇ ਪਾਪਾ ਦੀ ਸ਼ੂਗਰ ਮਿਲ ਦੀ ਫੈਕਟਰੀ ਹੈ ਅਤੇ ਮੈਂ ਉਹੀ ਦੇਖਦਾ। ਅਰੇ ਵਾਹ, ਕਿਆ ਬਾਤ ਹੈ! ਜੱਟਾਂ ਤੋਂ ਸਸਤਾ ਗੰਨਾ ਲੈ ਕੇ ਮਹਿੰਗੇ ਭਾਅ ਦੀ ਖੰਡ ਬਣਾਉਂਦੇ ਹੋ? ਨਹੀਂ ਨਹੀਂ ਸਰ, ਮਾਰਕੀਟ ਵਾਲੇ ਰੇਟ ਲਾਉਂਦੇ ਜੀ ਅਸੀਂ। ਸੰਗੀਤਾ ਬਾਰੇ ਕੁਝ ਦੱਸੋ। ਸੰਗੀਤਾ ਅਤੇ ਮੈਂ 2 ਸਾਲ ਤੋਂ ਰਿਲੇਸ਼ਨਸ਼ਿਪ 'ਚ ਸੀਗੇ, ਪਰ ਪਿਛਲੇ 2 ਮਹੀਨਿਆਂ ਤੋਂ ਪਤਾ ਨਹੀਂ ਕੀ ਹੋਇਆ, ਸਾਡੀ ਗੱਲ ਹੀ ਨਹੀਂ ਹੁੰਦੀ ਜ਼ਿਆਦਾ। ਤੁਸੀਂ ਮਿਲੇ ਕਿਵੇਂ? ਮੈਂ ਅਤੇ ਸੰਗੀਤਾ ਸੋਸ਼ਲ ਮੀਡੀਆ 'ਤੇ ਮਿਲੇ ਸੀ। ਅੱਛਾ। ਅਸੀਂ ਕਾਫੀ ਚੈਟ ਚੂਟ ਕੀਤੀ, ਚੈਟ ਕਰਦੇ ਕਰਦੇ ਮੈਨੂੰ ਲੱਗਦੀ 1.5 ਮਹੀਨੇ ਬਾਅਦ ਅਸੀਂ ਕੈਫੇ 'ਚ ਮਿਲੇ ਸੀ। ਅੱਛਾ ਅੱਛਾ। ਇਹੋ ਜਿਹੀ ਕੀ ਖਾਸੀਅਤ ਹੈ ਸੰਗੀਤਾ ਦੇ ਵਿੱਚ? ਟੂ ਬੀ ਵੈਰੀ ਓਨੈਸਟ, ਸੰਗੀਤਾ ਸੋਹਣੀ ਬਹੁਤ ਹੈ, ਮਿੱਠੀਆਂ ਮਿੱਠੀਆਂ ਗੱਲਾਂ ਕਰਦੀ ਹੈ, ਨਿਆਣਿਆਂ ਵਾਂਗ ਹੀ ਐਵੇਂ ਆਪ ਹੀ ਰੁੱਟ ਪੈਂਦੀ ਹੈ, ਆਪ ਹੀ ਝੱਟ ਮੰਨ ਜੂਗੀ। ਓਕੇ। ਉਹਨੂੰ ਮੇਰੇ ਬਾਰੇ ਸਾਰਾ ਕੁਝ ਪਤਾ ਹੁੰਦਾ ਸੀ, ਮੈਂ ਕੀ ਕਰਦਾ, ਕੀ ਖਾਂਦਾ, ਕਿੱਥੇ ਜਾਂਦਾ, A to Z। ਵੈਰੀ ਨਾਈਸ, ਵੈਰੀ ਨਾਈਸ। ਤੁਸੀਂ ਇਨਵੈਸਟੀਗੇਸ਼ਨ ਕਿਉਂ ਕਰਾਉਣਾ ਚਾਹੁੰਦੇ? ਇਨਵੈਸਟੀਗੇਸ਼ਨ ਕਰਾਉਣਾ, ਸੰਗੀਤਾ ਨਾ ਅੱਜ ਕੱਲ੍ਹ ਪਤਾ ਨਹੀਂ ਕਿਉਂ ਮੈਨੂੰ ਭੱਜ ਰਹੀ ਹੈ, ਖਿਜੀ ਖਿਜੀ ਰਹਿੰਦੀ ਹੈ, ਬਿਨਾਂ ਗੱਲ ਤੋਂ ਹੀ ਲੜਦੀ ਰਹੂਗੀ। ਅਤੇ ਮੈਂ 1-2 ਵਾਰ ਉਹਨੂੰ ਆਪਣੇ ਦੋਸਤ ਸੁਰਖਾਬ ਨਾਲ ਦੇਖਿਆ। ਓਕੇ, ਤੁਹਾਨੂੰ ਸੁਰਖਾਬ 'ਤੇ ਸ਼ੱਕ ਹੈ? ਸੁਰਖਾਬ 'ਤੇ, ਸੁਰਖਾਬ ਮੇਰਾ ਵਧੀਆ ਦੋਸਤ ਹੈ, ਮੈਂ 1-2 ਵਾਰ ਉਹਨਾਂ ਨੂੰ ਬਾਜ਼ਾਰ 'ਚ ਦੇਖਿਆ, ਅਤੇ ਜਦੋਂ ਮੈਂ ਉਹਨਾਂ ਨੂੰ ਦੇਖਿਆ ਸੀ, ਉਹਨਾਂ ਨੂੰ ਦੇਖ ਕੇ ਉਹਨਾਂ ਦੇ ਗੱਲ ਕਰਨ ਦਾ ਤਰੀਕਾ ਬੜਾ ਵੱਖਰਾ ਜਿਹਾ ਹੀ ਸੀ। ਬੋਡੀ ਲੈਂਗੁਏਜ ਤੋਂ ਲੱਗਦਾ ਸੀ ਵੀ ਇਹ ਕੁਛ ਹੈ ਇਹਨਾਂ 'ਚ। ਹਾਂ, ਮਤਲਬ ਦੇਖ ਕੇ ਮੈਨੂੰ ਲੱਗਦਾ ਨਹੀਂ ਸੀ ਕਿ ਇੱਕ ਨੋਰਮਲ ਮੁੰਡਾ ਕੁੜੀ ਗੱਲ ਕਰਦੇ। ਈਵਨ ਮੈਂ ਸੁਰਖਾਬ ਨੂੰ ਸੰਗੀਤਾ ਨਾਲ 1 ਜਾਂ 2 ਵਾਰ ਮਿਲਾਇਆ ਹੁਣ, ਅਤੇ ਪਰ ਜਦੋਂ ਮੈਂ ਉਹਨਾਂ ਦੇ ਕੋਲ ਗਿਆ, ਮੈਨੂੰ ਦੇਖਦੇ ਹੀ ਉਹਨਾਂ ਦੇ ਰੰਗ ਉੱਡ ਗਏ। ਤੁਹਾਨੂੰ ਲੱਗਦਾ ਕੁਛ ਫਿਸ਼ੀ ਹੈਗਾ? ਠੀਕ ਹੈ, ਤੁਸੀਂ ਸਾਨੂੰ ਸੁਰਖਾਬ ਦੀ ਅਤੇ ਸੰਗੀਤਾ ਦੀ ਡਿਟੇਲ ਦਿਓ, ਅਸੀਂ ਆਪਣੀ ਇਨਵੈਸਟੀਗੇਸ਼ਨ ਸ਼ੁਰੂ ਕਰਦੇ ਹਾਂ। ਮੈਨੂੰ ਲੱਗਦਾ ਸਾਨੂੰ ਹਫ਼ਤਾ ਕੁ ਲੱਗਦਾ ਹੁੰਦਾ, 1-2 ਦਿਨ ਉੱਤੇ ਥੱਲੇ ਹੋ ਜੂਗਾ, ਤੁਹਾਨੂੰ ਕਾਲ ਕਰ ਦਿਆਂਗੇ। ਅਸੀਂ ਆਪਣੀ ਇਨਵੈਸਟੀਗੇਸ਼ਨ ਕਰ ਲਈਏ, ਸਬੂਤ ਇਕੱਠੇ ਕਰ ਲਈਏ, ਫਿਰ ਆਪਾਂ ਤੁਹਾਨੂੰ ਸਟੂਡੀਓ 'ਚ ਦੁਬਾਰਾ ਬੁਲਾਉਂਦੇ। ਠੀਕ ਹੈ ਜੀ। ਠੀਕ ਹੈ, ਮਿਲਦੇ ਹਾਂ। ਠੀਕ ਹੈ। ਪੈਸਾ ਇੱਕ ਇਹੋ ਜਿਹੀ ਚੀਜ਼ ਹੈ, ਜਦੋਂ ਇਨਸਾਨ ਦੀਆਂ ਅੱਖਾਂ 'ਗੇ ਆ ਜਾਂਦਾ ਤਾਂ ਸਾਰੇ ਰਿਸ਼ਤੇ ਧੁੰਦਲੇ ਪੈ ਜਾਂਦੇ ਨੇ। ਯਾਰੀ ਦੋਸਤੀ, ਦੂਜੇ ਰਿਸ਼ਤੇ, ਜਿੰਨੇ ਵੀ ਆਪਾਂ ਸਮਾਜ ਦੇ ਵਿੱਚ ਗਿਣ ਸਕਦੇ ਹਾਂ, ਉਹਨਾਂ 'ਤੇ ਹਾਵੀ ਹੈ ਪੈਸਾ। ਯਾਰ ਆਪਣੇ ਯਾਰ ਨੂੰ ਚੀਟ ਕਰ ਸਕਦਾ, ਸਹੇਲੀ ਆਪਣੀ ਸਹੇਲੀ ਨੂੰ ਚੀਟ ਕਰ ਸਕਦੀ ਹੈ, ਸਹੇਲੀ ਆਪਣੇ ਬੁਆਏਫ੍ਰੈਂਡ ਨੂੰ ਚੀਟ ਕਰ ਸਕਦੀ ਹੈ, ਬੁਆਏਫ੍ਰੈਂਡ ਆਪਣੇ ਸਹੇਲੀ ਨੂੰ ਚੀਟ ਕਰ ਸਕਦਾ। ਅਤੇ ਇਸੇ ਤਰ੍ਹਾਂ ਦੀ ਕੁਝ ਹੋ ਰਿਹਾ ਸਾਡੇ ਅੱਜ ਦੇ ਪਾਤਰਾਂ ਦੇ ਨਾਲ, ਅਤੇ ਅੱਜ ਆਪਣੇ ਸਟੂਡੀਓ 'ਚ ਦੁਬਾਰਾ ਆਏ ਨੇ, ਉਹਨਾਂ ਨੂੰ ਬੁਲਾਉਂਦੇ ਹਾਂ ਅਤੇ ਆਪਾਂ ਗੱਲ ਕਰਦੇ ਹਾਂ। ਸਾਡੇ ਸ਼ੋਅ 'ਚ ਤੁਹਾਡਾ ਦੁਬਾਰਾ ਸਵਾਗਤ ਆ। ਧੰਨਵਾਦ ਜੀ। ਅਸੀਂ ਆਪਣੀ ਇਨਵੈਸਟੀਗੇਸ਼ਨ ਕਰ ਲਈ ਹੈ, ਜੋ ਡਾਟਾ ਇਕੱਠਾ ਕਰਨਾ ਸੀ ਉਹ ਕਰ ਲਿਆ, ਤੁਹਾਨੂੰ ਕੀ ਲੱਗਦਾ? ਬਸ ਭਾਅ ਜੀ, ਕੀ ਲੱਗਣਾ, ਕੁਛ ਸਮਝ ਨਹੀਂ ਆ ਰਿਹਾ, ਇਹਨੂੰ ਦਿਲੋਂ ਚਾਹੁੰਦੇ ਆ ਉਹ 'ਤੇ ਸ਼ੱਕ ਕਰਨਾ ਪੈ ਰਿਹਾ, ਬਸ ਇਹੀ ਡਰ ਹੈ ਮੇਰਾ ਸ਼ੱਕ ਕਿਤੇ ਸੱਚ ਨਾ ਹੋਵੇ। ਜੇ ਸੱਚ ਹੋਏ ਫਿਰ ਇਹੀ ਪਤਾ ਕਰਨ ਤਾਂ ਭਾਅ ਜੀ ਤੁਹਾਡੇ ਕੋਲ ਆਇਆ ਕਿ ਸ਼ੱਕ ਹੈ ਜਾਂ ਸੱਚ ਹੈ। ਨਹੀਂ, ਜੇ ਸੱਚ ਹੋਇਆ ਫਿਰ, ਜੇ ਸੱਚ ਹੋਇਆ ਫਿਰ ਕੀ ਕਰ ਸਕਦੇ ਹਾਂ, ਜਾਂ ਤਾਂ ਕਿਸਮਤ ਹੋਊਗੀ ਜਾਂ ਖਤਰਾ ਵਗੈਰ। ਚਲੋ ਦੇਖਦੇ ਹਾਂ ਆਪਾਂ ਕੀ ਹੋਇਆ।
ਇਨਵੈਸਟੀਗੇਸ਼ਨ ਦਾ ਪਹਿਲਾ ਦਿਨ ਸਮਾਂ ਸ਼ਾਮ 4 ਵਜੇ ਸੰਜੂ ਦੀ ਸਾਰੀ ਗੱਲਬਾਤ ਸੁਣਨ ਦੇ 3 ਦਿਨ ਬਾਅਦ ਅਸੀਂ ਆਪਣਾ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ। ਸੰਜੂ ਨੇ ਸਾਨੂੰ ਦੱਸਿਆ ਸੀ ਕਿ ਸੰਗੀਤਾ ਚੰਡੀਗੜ੍ਹ ਯੂਨੀਵਰਸਿਟੀ ਵਿੱਚ MBBA ਦੀ ਫਾਈਨਲ ਈਅਰ ਦੀ ਵਿਦਿਆਰਥਣ ਹੈ ਅਤੇ ਇਸ ਕਰਕੇ ਸਾਡੀ ਪੂਰੀ ਟੀਮ ਵੀ ਪਹੁੰਚ ਗਈ ਸ਼ਹਿਰ ਚੰਡੀਗੜ੍ਹ। ਸੰਗੀਤਾ ਆਪਣੇ ਕੈਂਪਸ ਤੋਂ ਬਾਹਰ ਆ ਚੁੱਕੀ ਸੀ, ਉਸ ਨਾਲ ਇੱਕ ਹੋਰ ਕੁੜੀ ਆ ਰਹੀ ਸੀ ਅਤੇ ਸੰਗੀਤਾ ਦੀ ਇਨਵੈਸਟੀਗੇਸ਼ਨ ਕਰਨ ਜਾ ਰਹੇ ਨੇ ਸਾਡੇ ਆਸ਼ਿਕ ਮਜਾਜ਼ ਏਜੰਟ ਮਾਨ। एजेंट नेम हैरी मान, उम्र 25 साल। ਲੱਗਦਾ ਕੁੜੀ ਥੋੜ੍ਹੀ ਭੋਲੀ ਆ, ਗਿੜੀਆਂ ਕਰਕੇ ਗੁੱਸਾ ਕਰ ਗਈ ਕਿਉਂਕਿ ਅੱਜ ਡੇ 1 ਸੀ। ਭੈਣ ਦਾ ਯਾਰ ਕੌਣ ਹੈ ਮੁੰਡਾ? ਕਾਕਾ ਜੀ ਜ਼ਬਾਨ ਕੰਟਰੋਲ ਕਰੋ, ਕਾਲ ਨਹੀਂ ਕੱਢਣੀ। ਸਰ ਉਹ ਤਾਂ ਠੀਕ ਹੈ ਜੀ, ਪਰ ਐਂ ਤੰਗ ਥੋੜ੍ਹੀ ਕਰਨਾ। ਉਹ ਸਾਡਾ ਏਜੰਟ ਹੈ ਔਰ ਇਹੀ ਤਾਂ ਪਰਖ ਦੀ ਘੜੀ ਹੈ, ਜੇ ਸਹੀ ਹੋਈ ਤਾਂ ਇਗਨੋਰ ਕਰੂਗੀ, ਜੇ ਗਲਤ ਹੋਈ ਤਾਂ ਐਕਸੈਪਟ ਕਰੂਗੀ। ਪਰ ਕੀ ਸੱਚ ਜਾਣਾ ਨਾ ਜਾਨਣਾ ਨਾ ਦੇਖੋ ਇਨਵੈਸਟੀਗੇਸ਼ਨ ਦਾ ਦੂਜਾ ਦਿਨ ਅੱਜ ਐਤਵਾਰ ਹੈ ਤੇ ਕੈਂਪਸ ਵੀ ਬੰਦ ਹੈ, ਇਸ ਲਈ ਸਾਡੀ ਕੈਮਰਾ ਟੀਮ ਸੰਗੀਤਾ ਦੇ PG ਕੋਲ ਖੜੀ ਹੋਈ ਹੈ। ਸੰਗੀਤਾ ਤੇ ਉਸ ਦੀ ਦੋਸਤ PG ਦੇ ਬਾਹਰ ਆ ਗਈਆਂ ਤੇ ਕੈਮਰਾ ਟੀਮ ਅਲਰਟ ਹੋ ਗਈ। ਸਾਡਾ ਏਜੰਟ ਮਾਨ ਵੀ ਉਹਨਾਂ ਨੂੰ ਫੋਲੋ ਕਰ ਰਿਹਾ ਸੀ। ਉਹ ਇੱਕ ਫੂਡ ਮਾਰਕੀਟ ਤੇ ਪਹੁੰਚ ਗਈਆਂ, ਏਜੰਟ ਮਾਨ ਉਹਨਾਂ ਦੇ ਸਾਹਮਣੇ ਸੀ। ਸਰ ਏਜੰਟ ਤੁਹਾਡਾ ਕੋਈ ਜ਼ਿਆਦਾ ਨਹੀਂ ਅੱਗੇ ਵੱਧ ਰਿਹਾ ਜੀ? ਯਾਰ ਵਿਸ਼ਵਾਸ ਰੱਖ, ਆ ਸ਼ੱਕ ਵਹਿਮ ਜੇ ਕਰਕੇ ਵੀ ਜਨਾਨੀਆਂ ਬੰਦੇ ਤੋਂ ਭੱਜ ਜਾਂਦੀਆਂ, ਪਤਾ ਤੈਨੂੰ ਵਿਸ਼ਵਾਸ ਹੈ ਨਾ ਸਾਡੇ 'ਤੇ? ਹੈਗਾ ਜੀ। ਦੇਖ ਸਾਡੇ ਨਾਲ ਕੋਈ ਪ੍ਰੋਬਲਮ ਨਹੀਂ ਜੀ, ਪ੍ਰੋਬਲਮ ਤਾਂ ਉਹਨਾਂ ਨਾਲ ਹੈ। ਮਤਲਬ? ਮੈਂ ਉਹਨੂੰ ਪਸੰਦ ਕਰਦਾ ਜੀ। ਅੱਛਾ, ਪਰ ਉਹਨੇ ਤੁਹਾਡੇ ਨਾਲ ਕੋਈ ਗੱਲ ਨਹੀਂ ਕਰਨੀ। ਅੱਛਾ, ਮੇਰੀ ਗੱਲ ਤਾਂ ਸੁਣ ਲਓ।
ਗੱਲ ਮੰਨੀ ਥੋੜ੍ਹੀ ਔਖੀ ਸੀ ਪਰ ਚਲੋ ਕੋਈ ਗੱਲ ਨਹੀਂ ਆਪਾਂ ਹੌਸਲਾ ਨਹੀਂ ਹਾਰਿਆ ਯਾਰ ਸਾਰਾ ਬੰਦ ਕਰੋ ਜੀ ਇਨਵੈਸਟੀਗੇਸ਼ਨ ਮੈਂ ਨਹੀਂ ਚਾਹੁੰਦਾ ਉਹਦੇ ਪਿੱਛੇ ਕੋਈ ਹੋਰ ਮੁੰਡਾ ਜਾਵੇ ਨਾਲੇ ਮੈਂ ਨਹੀਂ ਉਹਦੇ ਨੇੜੇ ਕਿਤੇ ਹੋਰ ਨੂੰ ਦੇਖ ਸਕਦਾ ਜੀ ਉਹ ਯਾਰ ਬਹਿ ਜਾ ਟੈਕੇ ਇਹ ਸਭ ਕੁਝ ਤਾਂ ਤੇਰੀਆਂ ਅੱਖਾਂ ਦੇ ਸਾਹਮਣੇ ਹੋ ਰਿਹਾ ਅਤੇ ਸਾਡੇ ਏਜੰਟ ਨਾਲ ਜੇ ਤੇਰੀ ਪਿੱਠ ਪਿੱਛੇ ਉਹ ਤਿੰਨ ਚਾਰ ਨਾਲ ਹੋਰ ਗਾਢੀ ਪਾਈ ਫਿਰਦੀ ਹੁੰਦੀ ਫਿਰ ਕੀ ਕਰਦਾ ਹਾਂਜੀ ਬਸ ਫਿਰ ਕਦੇ ਕਿਸੇ ਨਾਲ ਬੇਇਨਸਾਫੀ ਨਹੀਂ ਹੋਣ ਦਿੱਤੀ ਅਸੀਂ ਸਹੀ ਫੈਸਲੇ ਨਾਲ ਹਿੱਕ ਠੋ ਕੇ ਖੜੀਦਾ ਠੀਕ ਹੈ ਠੀਕ ਹੈ ਅੱਗੇ ਦੇਖ ਇਨਵੈਸਟੀਗੇਸ਼ਨ ਦਾ ਤੀਜਾ ਦਿਨ ਸਮਾਂ ਸ਼ਾਮ ਦੇ 3 ਵਜੇ ਸੰਗੀਤਾ ਅਤੇ ਉਸਦੀ ਫਰੈਂਡ ਕੈਂਪਸ ਦੇ ਬਾਹਰ ਖੜੀਆਂ ਨੇ ਇਸ ਟਾਈਮ ਹੀ ਏਜੰਟ ਮਾਨ ਉਹਨਾਂ ਸਾਹਮਣੇ ਆਉਂਦਾ ਹੈ ਇਹ ਹੈ ਸਾਡੀ ਸੀਕ੍ਰੈਟ ਏਜੰਟ ਅੰਕਿਤਾ ਜਿਸ ਨੂੰ ਅਸੀਂ ਆਪਣੀ ਇਨਵੈਸਟੀਗੇਸ਼ਨ ਦੇ 2 ਦਿਨ ਪਹਿਲਾਂ ਹੀ ਸੰਗੀਤਾ ਦੇ ਪੀਜੀ ਵਿੱਚ ਸ਼ਿਫਟ ਕਰ ਦਿੱਤਾ ਸੀ ਹਾਂਜੀ ਦੱਸੋ ਲੱਗਦਾ ਤੁਸੀਂ ਮੈਨੂੰ ਪਹਿਚਾਣਿਆ ਨਹੀਂ ਮੈਂ ਤੁਹਾਨੂੰ ਕਾਫੀ ਦੇਰ ਦਾ ਨੋਟਿਸ ਕਰਦੀ ਹਾਂ ਓਕੇ ਤੁਹਾਡਾ ਨਾਮ ਜਾਣ ਸਕਦਾ ਸੰਗੀਤਾ ਸੰਗੀਤਾ ਨਾਈਸ ਮੇਰੀ ਫਰੈਂਡ ਦੱਸ ਰਹੀ ਸੀ ਕਿ ਤੁਸੀਂ ਮੇਰੇ ਨਾਲ ਕੋਈ ਗੱਲ ਕਰਨੀ ਹੈ ਹਾਂਜੀ ਦੱਸੋ ਫਿਰ ਦੇਖੋ ਜੀ ਮੈਂ ਪੁਆਇੰਟ ਤੇ ਆਉਂਦਾ ਮੈਨੂੰ ਤੁਸੀਂ ਬਹੁਤ ਚੰਗੇ ਲੱਗਦੇ ਹੋ ਆਈ ਰੀਅਲੀ ਲਾਈਕ ਯੂ ਪਰ ਮੈਂ ਤਾਂ ਤੁਹਾਨੂੰ ਜਾਣਦੀ ਵੀ ਨਹੀਂ ਜਾਣ ਪਹਿਚਾਣ ਤਾਂ ਕੀ ਹੈ ਜੀ ਮੇਰਾ ਨਾਮ ਹੈ ਹੈਰੀ ਮਾਨ ਵੈਸੇ ਮੈਂ ਪਟਿਆਲੇ ਦਾ ਰਹਿਣ ਵਾਲਾ ਅਤੇ ਚੰਡੀਗੜ੍ਹ ਦੇ ਵਿੱਚ ਜੋਬ ਕਰਦਾ ਅਤੇ ਜ਼ਿਆਦਾ ਗੱਲ ਹੈ ਤੁਸੀਂ ਮੇਰਾ ਨੰਬਰ ਲੈ ਸਕਦੇ ਹੋ ਅਤੇ ਕਾਲ ਜ਼ਰੂਰ ਕਰ ਲਿਓ ਸਾਡੀ ਕੈਮਰਾ ਟੀਮ ਨੇ ਇਹ ਸਭ ਕੁਝ ਕੈਮਰੇ ਦੀ ਅੱਖ ਵਿੱਚ ਕੈਦ ਕਰ ਲਿਆ ਅੰਕਿਤਾ ਅਤੇ ਮਾਨ ਦਾ ਪਲਾਨ ਕੰਮ ਕਰ ਰਿਹਾ ਸੀ ਸੰਗੀਤਾ ਬਹੁਤ ਜਲਦੀ ਮੇਰੀ ਗੱਲਾਂ ਵਿੱਚ ਫਸ ਗਈ ਸੀ ਉਦੋਂ ਲੱਗਿਆ ਸੀਗਾ ਕਿ ਉਹ ਬਹੁਤੀ ਚੁਸਤ ਚਲਾਕ ਤੇ ਨਹੀਂ ਹੈਗੀ ਪੋਣੀ ਜੀ ਆ ਅਤੇ ਸੰਡੇ ਨੂੰ ਮਾਰਕੀਟ ਵੀ ਉਹਨੂੰ ਮੈਂ ਹੀ ਲੈ ਕੇ ਗਈ ਸੀ ਤਾਂ ਜੋ ਏਜੰਟ ਮਾਨ ਉੱਥੇ ਆ ਸਕੇ ਅਤੇ ਉਸ ਤੋਂ ਬਾਅਦ ਮੈਂ ਉਹਨੂੰ ਉਹਦੇ ਨਾਲ ਗੱਲ ਕਰਨ ਲਈ ਫੋਰਸ ਕੀਤਾ ਸਰ ਮੈਂ ਤੁਹਾਡੇ ਕੋਲ ਇਨਵੈਸਟੀਗੇਸ਼ਨ ਕਰਾਉਣਾ ਜੀ ਤੁਸੀਂ ਮੇਰੀ ਸਹੇਲੀ ਦੀ ਸੈਟਿੰਗ ਕਿਸੇ ਹੋਰ ਨਾਲ ਕਰਾਈ ਜਾਂਦੇ ਉਸਤਾਦ ਜੇ ਤੈਨੂੰ ਸਾਡੇ ਏਜੰਟ ਬਾਰੇ ਪਤਾ ਲੱਗੂਗਾ ਨਾ ਜੇ ਸੱਚ ਜਾਣੇਗਾ ਇਹਦੇ ਪੈਰ ਧੋ ਧੋ ਪੀਏਗਾ ਇਹੋ ਜਿਹਾ ਕੀ ਹੈ ਇਨਵੈਸਟੀਗੇਸ਼ਨ 'ਚ ਅੱਗ ਅੰਦਰੀ ਅੱਗ ਦੇਖਦਾ ਨਹੀਂ ਕੀ ਨਿਕਲਦਾ ਉਹ ਸਰ ਖਾਨੂੰ ਮੇਰੀ ਪਾੜੀ ਜਾਂਦੀ ਹੁੰਦੀ ਦੇਖੀ ਜਾ ਕੀ ਫੜਦਾ ਦੇਖਦਾ ਰਹਿ ਇਨਵੈਸਟੀਗੇਸ਼ਨ ਦਾ ਤੀਜਾ ਦਿਨ ਲੋਕੇਸ਼ਨ ਸੰਗੀਤਾ ਦਾ ਪੀਜੀ ਚਲੋ ਜੀ ਆਲ ਸੈੱਟ ਆ ਸੰਗੀਤਾ ਕੋਲ ਮਾਨ ਦਾ ਨੰਬਰ ਪਹੁੰਚ ਗਿਆ ਅਤੇ ਹੁਣ ਮੈਂ ਸੰਗੀਤਾ ਨੂੰ ਫੋਰਸ ਕਰੂੰਗੀ ਕਿ ਉਹ ਮਾਨ ਨਾਲ ਗੱਲ ਕਰੇ ਉਹਨੂੰ ਮਿਲੇ ਅਤੇ ਉਹਨੂੰ ਡੇਟ ਕਰੇ ਆਲ ਸੈੱਟ ਹੋ ਗਏ ਕ੍ਰਿਸ਼ ਹਾਂ ਬਹੁਤ ਤਰੱਕੀ ਸੀ ਅੱਜ ਦਾ ਕਿੱਦਾਂ ਵੀ ਰਿਹਾ ਦਿਨ ਠੀਕ ਸੀ ਨੋਰਮਲ ਅੱਛਾ ਹੋਰ ਫਿਰ ਕੀ ਸੋਚਿਆ ਕਿਹਦੇ ਬਾਰੇ ਤੁਸ ਮੁੰਡੇ ਬਾਰੇ ਪਤਾ ਨਹੀਂ ਯਾਰ ਮੈਨੂੰ ਤਾਂ ਸਮਝ ਹੀ ਨਹੀਂ ਆ ਰਹੀ ਕਿ ਮੈਂ ਕੀ ਕਰਾਂ ਯਾਰ ਦੇਖ ਮੈਨੂੰ ਤਾਂ ਮੁੰਡਾ ਬੜਾ ਸਹੀ ਲੱਗਿਆ ਪੈਸੇ ਵਾਲਾ ਹੈ ਸਮਾਰਟ ਹੈ ਤੇਰੀ ਜਗ੍ਹਾ ਮੈਂ ਹੁੰਦੀ ਨਾ ਤਾਂ ਮੈਂ ਤਾਂ ਝੱਟ ਫੋਨ ਕਰ ਦੇਣਾ ਸੀ ਤਾਂ ਮੈਂ ਕਰਾਂ ਉਹਨੂੰ ਕੋਲ ਹਾਂ ਹਾਂ ਫੋਨ ਕਰ ਉਹਨੂੰ ਡੇਟ ਕਰ ਕੀ ਪਤਾ ਤੇਰੇ ਲਈ ਸਹੀ ਹੋਵੇ ਉਹ ਗਲਤ ਕਰ ਕੇ ਦੇਖ ਇੱਕ ਵਾਰ ਚਲ ਮੈਂ ਟਰਾਈ ਕਰਦੀ ਹਾਂ ਚੱਲ ਉਹ ਸਾਰਾ ਹੋ ਗਿਆ ਨਾ ਉਹੀ ਕੰਮ ਜੀ ਤੋਂ ਮੈਂ ਡਰਦਾ ਸੀ ਅਜੇ ਤਾਂ ਕੁਝ ਨਹੀਂ ਹੋਇਆ ਜੇ ਹੋਇਆ ਉਹ ਦੇਖੇਗਾ ਤਾਂ ਤੇਰਾ ਮੂੰਹ ਨਹੀਂ ਰਹਿਣਾ ਸਰ ਤੁਸੀਂ ਮੇਰਾ ਵਹਿਮ ਕੱਟ ਰਹੇ ਸੀਗਾ ਵਹਿਮ 'ਚ ਪਾ ਰਹੇ ਹੋ ਮੈਨੂੰ ਤਾਂ ਇਹ ਨਹੀਂ ਸਮਝ ਆਉਂਦਾ ਡਰ ਨਹੀਂ ਕੰਪਿਊਟਰ ਨੇ ਬੰਦੇ ਨੂੰ ਨਹੀਂ ਬਣਾਇਆ ਬੰਦੇ ਨੇ ਕੰਪਿਊਟਰ ਨੂੰ ਬਣਾਇਆ ਅਤੇ ਬੰਦੇ ਦੇ ਦਿਮਾਗ 'ਚ ਕੀ ਚੱਲਦਾ ਇਹਦਾ ਤੂੰ ਅੰਦਾਜ਼ਾ ਵੀ ਲਗਾ ਸਕਦਾ ਇੱਕ ਗੱਲ ਸਮਝਦਾ ਕਿ ਆਹ ਇਨਵੈਸਟੀਗੇਸ਼ਨ ਕਰਾ ਕੇ ਤੂੰ ਬਹੁਤ ਵੱਡੇ ਚੱਕਰ ਵਿੱਚ ਨਿਕਲ ਜਾ ਉਹ ਸਰ ਮੈਨੂੰ ਤਾਂ ਪਹਿਲੇ ਚੱਕਰ ਆ ਰਹੇ ਜੀ ਤੂੰ ਇਹ ਚੱਕਰ ਵੀ ਉਹਦੀ ਗੱਲ ਕਰੀ ਇਹਨੂੰ ਦੇਖ ਸਭ ਚੱਕਰ ਲੈਣ
मैं संगीता नूं फोर्स किया तो उन्हें मां नाल गल करके कॉफी ते मिलन दा डिसाइड किया। तो उस तो बाद हुण एजेंट मान दा काम सी। इन्वेस्टिगेशन दा चौथा दिन, लोकेशन कैफे। कैमरा सेटिंग करके मान उस कैफे विच संगीता दी वेट कर रहा सी। लगभग 11 बजे संगीता उसनू मिलन लई आउंदी है। ते मैं इत्थे हुण अपनी पूरी टीम नाल कैमरा सेट कर लिया ते हुण बस संगीता थोड़ी देर विच आंदी होणी है। हुण अग्गे देखदे आं की बनदा। लेट्स सी। एजेंट ना मैनू तो लगता सी मैनू सच्चा प्यार कर दी इतनी छेती। एहो जिहियां कुड़ियां करके ना मेरे वर्गे मुंडिया की जिंदगी खराब होंदी है। मैनू तो लगता सारिया कुड़ियां ही धोखेबाज होंदी। जे तेरी सहेली ने धोखा देता एक कुड़ी पिछे तू सारिया कुड़ियां नू बदनाम किवें कर सकदा। हुण जे तैनू कह दे कोई किसी का गलत किया क्योंकि सारे मुंडे आए जाने थोनू मर्चा लगन लग जाए। पर इन मेरे बारे सोचना चाहिए सी। मैं जिंदगी गुजारन की सोचता सी ये ना तो मौजा लुटती फिरती है। ये जिंदगी गुजारन की सोचता सी प्यार करता सी उसकी सारी उम्र राखी कितने करता फिरेगा। जिन्हें करना है जो किसी ने घर बैठे भी कर लेना। पर भाई इन्हें मेरे नाल ही करना सी आ कुछ। छड़ यार इन्ना बड़ा बंदा हो गया दाढ़ी मुछ वाले इमोशनल होंगे चंगा नहीं लगता वो भी कुड़ी पिछे। दिन तो प्यार किया सी ते जदों किसी नूं प्यार करिए ना तो धोखा दे देता तीन चारियां वजदियां। पता नहीं सर किस्मत यही है जो मुकद्दरां दा खेड। पता ही है कई बार शिकारी शिकार करता लेंदा उहदा खाण दा मूड नहीं हुंदा। मैनूं लगदा उह वी शिकार। गल शिकार दी नहीं है भाई। ਜਦੋਂ ਕਿਸੇ ਨੂੰ ਸੱਚਾ ਪਿਆਰ ਕਰੀਏ ਨਾ ਤਾਂ ਉਹਦਾ ਧੋਖਾ ਜਰ ਨਹੀਂ ਹੁੰਦਾ। ਪਿਆਰ ਦੀਆਂ ਪੀਂਘਾਂ ਪਾਉਂਦੀ ਫਿਰਦੀ ਸੀ ਮੇਰੇ ਨਾਲ। ਦੇਖ ਲਓ ਕੈਫੇ 'ਚ ਕੌਫੀਆਂ ਤੂੰ ਵੇਖੀ ਚੱਲ ਰੰਗ ਕਰਤਾਰ ਦੇ ਖੁਦ ਮਰ ਜਾਂਦੇ ਜੋ ਦੂਜਿਆਂ ਨੂੰ ਮਾਰ। ਆਪਾਂ ਅੱਗੇ ਦੇਖਦੇ ਉਹਦੀਆਂ ਗੱਲਾਂ ਸੁਣ ਕੇ ਲੰਘਿਆ ਕਿ ਉਹਦਾ ਕੋਈ ਬੁਆਏਫ੍ਰੈਂਡ ਨਹੀਂ ਹੈ ਅਤੇ ਉਹਨੇ ਮੈਨੂੰ ਦੱਸਿਆ ਕਿ ਉਹ ਫਾਜ਼ਿਲਕਾ ਦੀ ਰਹਿਣ ਵਾਲੀ ਆ ਅਤੇ ਇੱਥੇ MBA ਕਰ ਰਹੀ ਆ। ਮੈਨੂੰ ਲੱਗਦਾ ਉਹ ਕੁੜੀ ਸੱਚ ਬੋਲ ਰਹੀ ਆ। ਸਾਡੀ ਇਨਵੈਸਟੀਗੇਸ਼ਨ ਚੱਲਦਿਆਂ ਨੂੰ 4 ਦਿਨ ਹੋ ਚੁੱਕੇ ਸੀ ਪਰ PG ਵਿੱਚ ਵੀ ਸੰਗੀਤਾ ਦੇ ਘਰਦਿਆਂ ਤੋਂ ਇਲਾਵਾ ਹੋਰ ਕਿਸੇ ਦਾ ਫੋਨ ਨਹੀਂ ਆਇਆ ਸੀ। ਹਾਂ ਸੰਜੂ ਦਾ ਜ਼ਰੂਰ ਆਇਆ ਸੀ ਬਟ ਉਹਨੇ ਚੱਕਿਆ ਨਹੀਂ। ਜੇ ਸੰਜੂ ਦੇ ਫਰੈਂਡ ਨਾਲ ਸੰਗੀਤਾ ਦੀ ਕੋਈ ਗੱਲਬਾਤ ਹੁੰਦੀ ਜਾਂ ਤਾਂ ਉਹ PG ਦੇ ਸਾਹਮਣੇ ਆਉਂਦਾ ਜਾਂ ਫਿਰ ਉਹਨੂੰ ਕਾਲ ਕਰਦਾ ਬਟ ਇੱਦਾਂ ਦਾ ਕੁਛ ਵੀ ਨਹੀਂ ਹੋਇਆ ਸੀ। ਇਨਵੈਸਟੀਗੇਸ਼ਨ ਦਾ ਪੰਜਵਾਂ ਦਿਨ। ਅੱਜ ਮੈਂ ਸੰਗੀਤਾ ਦੇ PG ਜਾ ਰਿਹਾ ਉਹਨੂੰ ਪਿੱਕ ਕਰਨ। ਅੱਜ ਤਾਂ ਉਹਨੂੰ ਮਨਾ ਕੇ ਰਹਿਣਾ।
क्यों ना आप बाहर खड़ के गल्ला ना करिए यश यार। हाँ चलो वैसे इधर उधर गल्ला दे वो यार मैं कह रहा सी कि तुसी सोने बड़े लगते हो मैं। थैंक यू देव तुसी भी मैं क्या। थैंक यू सो मच। वैसे संगीता मेरी गल दा ना बुरा ना मानियो मैं कह रहा सी कि देख अपने रिलेशनशिप नू अगे वधाउण तो पहला ना जे तेरा कोई भी पास्ट होवे तुसी प्लीज उहनू भुल जाओ। देखो मान मेरा तो बस यही पास्ट है कि हाँ मेरी लाइफ विच सीगा पहला एक मुंडा ते हुण हुण नहीं ते मैं भी एक बहुत जरूरी गल करनी है तेरे हाँ। हाँ जी दसो। देखो आदेश ना ऐदा ना होवे कि तुसी मेरी लाइफ विच बंदिश पाओ कि तू ये नहीं करना वो नहीं करना उत्थे नहीं जाना वो दे नाल गल नहीं करना। अरे जान रिलैक्स ट्रस्ट मी इदा तो कुछ नहीं होएगा कुछ ना ही होगा। हाँ चले चल आओ। संगीता दे उन मैनू कोई शक ही नहीं रहा क्योंकि उन्हें मैनू अपने बॉयफ्रेंड बारे सब दस दिता है। आई थिंक शी इज राइट। क्या मैंने गल दस तू गेम तो नहीं खेडी जाता हूँ तक मैं जिनी इनवैसिगेशन की है एक बार भी वो कुड़ी ने तेरा ना नहीं लिया और तेरी वो गल है भी सी कि उंजी रांझा बड़ा फिरता है पर हजे भी तुम्हें मेरी अखर सच्चाई नहीं दिख रही। सच्चाई दिसे चाहे ना दिसे असी वो बंदे हाँ जिड़े हर चीज़ फरोड़ के सच्चाई कढ़ लैन कितों तक भजोंगे तू तो संगीता। सर मेरा यकीन करो जी ये बहुत प्यार करती सी मैनू लगता तो नहीं लगता तो मैनू भी नहीं जी हूँ देख के हूँ की सबूत दे सकता। सबूत तो असं कबर खोल के कढ़ लिया तू अगे देख ਸਾਡੀ ਇਨਵੈਸਟੀਗੇਸ਼ਨ ਦੇ ਵਿੱਚ ਹੁਣ ਇੱਕ ਸੀਰੀਅਸ ਮੋਡ ਆ ਗਿਆ ਸੀ। ਪੀਜੀ ਦੇ ਵਿੱਚ ਸੰਗੀਤਾ ਹਮੇਸ਼ਾ ਹੀ ਮਾਂ ਦੀਆਂ ਗੱਲਾਂ ਕਰਦੀ ਰਹਿੰਦੀ ਸੀ। ਇੱਦਾਂ ਲੱਗਦਾ ਸੀਗਾ ਕਿ ਜਿਵੇਂ ਸੰਗੀਤਾ ਨੂੰ ਸੱਚੀ ਮਾਂ ਨਾਲ ਪਿਆਰ ਹੋ ਗਿਆ। ਸੰਗੀਤਾ ਨੂੰ ਬਾਰ ਬਾਰ ਕਿਸੇ ਦੀ ਕਾਲ ਆ ਰਹੀ ਸੀ ਅਤੇ ਅਚਾਨਕ ਉਹ ਘਰੋਂ ਨਿਕਲ ਗਏ। ਮੈਂ ਉਦੋਂ ਹੀ ਆਪਣੀ ਕੈਮਰਾ ਟੀਮ ਨੂੰ ਇਨਫੋਰਮ ਕਰਤਾ ਸੀ ਅਤੇ ਇੰਨਾ ਸ਼ੁਕਰ ਆ ਕਿ ਉਹਦੇ ਜਾਣ ਤੋਂ ਪਹਿਲਾਂ ਮੈਂ ਉਹਦੇ ਪਰਸ ਵਿੱਚ ਆਪਣਾ ਰਿਕਾਰਡਿੰਗ ਡਿਵਾਈਸ ਰੱਖਤਾ ਸੀ। ਇਨਵੈਸਟੀਗੇਸ਼ਨ ਦਾ 6ਵਾਂ ਦਿਨ ਲੋਕੇਸ਼ਨ ਸੰਗੀਤਾ ਦਾ ਪੀਜੀ ਉਹ ਇੱਕ ਮੁੰਡੇ ਨੂੰ ਮਿਲਦੀ ਹੈ। ਅਤਾ ਸੁਰਖਾਵ ਹੈ ਹਾਂਜੀ ਤੇ ਉਹਨਾਂ ਵਿਚਕਾਰ ਜੋ ਗੱਲ ਹੋਈ ਉਸਨੇ ਸਭ ਦੇ ਹੋਸ਼ ਉਡਾ ਦਿੱਤੇ। ਸੁਰਖਾਵ ਤੁਸੀਂ ਕੀ ਕਰਨ ਆਏ ਯਾ ਸੰਗੀਤਾ ਕੀ ਹੋ ਗਿਆ ਤੈਨੂੰ ਨਾ ਮੇਰਾ ਫੋਨ ਚੱਕਦੀ ਹੈ ਨਾ ਕੋਈ ਰਿਪਲਾਈ ਮੈਸੇਜ। ਸੁਰਖਾਵ ਬਹੁਤ ਹੋ ਗਿਆ ਤੂੰ ਨਾ ਮੈਨੂੰ ਬਹੁਤ ਫਸਾ ਲਿਆ ਅਤੇ ਬਹੁਤ ਯੂਜ਼ ਕਰ ਤਾਂ ਮੈਂ ਕਿਵੇਂ ਫਸਾਤਾ ਤੈਨੂੰ ਤੂੰ ਵੀ ਤਾਂ ਫਸਾਇਆ ਸੀ ਸੰਜੇ ਨੂੰ ਫਸਾਉਣ ਦਾ ਪੈਨ ਕਿਹਦਾ ਸੀ। ਤੇਰੇ ਸੁਣ ਅਤੇ ਤੇਰੇ ਕਹਿਣ 'ਤੇ ਮੈਂ ਨਾ ਫੇਸਬੁੱਕ 'ਤੇ ਰਿਕੁਐਸਟ ਭੇਜੀ ਸੀ ਤੇਰੇ ਕਹਿੰਦੇ ਮੈਂ ਤੁਹਾਨੂੰ ਗੱਲਾਂ ਕੀਤੀਆਂ ਸੀ ਅਤੇ ਤੇਰੇ ਕਹਿੰਦੇ ਨੇ 2 ਸਾਲ ਦੇ ਨਾਲ ਮੈਨੂੰ ਫੇਰ ਗਿਆ। ਅੱਛਾ ਅਤੇ ਮੇਰਾ ਪਲੈਨ ਸੀ ਸਾਰਾ ਨਾ ਤੇਰਾ ਕੋਈ ਹੱਥ ਨਹੀਂ ਸੀ ਇਹਦੇ 'ਚ ਤੇਰੇ ਹੀ ਪੈਨ ਹਜੇ ਤੱਕ ਮੈਨੂੰ ਇੱਕ ਵੀ ਪੈਸਾ ਦਿੱਤਾ ਉਹ ਗੱਲ ਦਾ। ਉਹ ਯਾਰ ਤੈਨੂੰ ਮੈਂ ਪੈਸੇ ਪੂਸੇ ਸਾਰੇ ਦੇ ਦੂੰ ਤੂੰ ਇਹ ਛੱਡ ਹੁਣ ਦੱਸ ਇਹ ਕਰਨਾ ਕੀ ਆ ਹੁਣ ਨਾ ਮੈਂ ਇੱਕ ਨਵਾਂ ਮੁਰਗਾ ਫਸਾਇਆ। ਅੱਛਾ ਕੌਣ ਹੈਗਾ ਕੋਈ ਪਾਚ ਦੱਸੋ ਆਏ। ਵਾਹ ਸੰਗੀਤਾ ਵਾਹ। ਬਸ ਹੁਣ ਨਾ ਤੂੰ ਮੇਰੀ ਖੇਡ ਵੇਖੀ ਜਾ ਅਤੇ ਸੰਜੂ ਨੂੰ ਨਾ ਇੱਕ ਪਾਸੇ ਰੱਖ ਅਤੇ ਤੂੰ ਨਾ ਮੇਰੇ ਪੀਜੀ ਸਾਹਮਣੇ ਜ਼ਿਆਦਾ ਰਹਿ ਕਰ ਕੋਈ ਵੇਖ ਲੂਗਾ ਤੂੰ ਜਾ। ਚੱਲ ਚੱਲ ਮੈਂ ਹੁਣ ਤਾਂ ਜਾਂਦਾ ਤੂੰ ਐਂ ਕਰੀ ਆਪਾਂ ਨਾ ਉਹ ਜਿੱਥੇ ਆਪਾਂ ਸੰਜੂ ਨੂੰ ਫਸਾਉਣ ਦਾ ਪਲਾਨ ਨਹੀਂ ਬਣਾਇਆ ਸੀ ਪਹਿਲੀ ਵਾਰੀ ਉਹ ਢਿੱਲੋ ਦੀ ਬੰਦ ਪਈ ਫੈਕਟਰੀ ਠੀਕ ਹੈ ਉੱਥੇ ਮਿਲਦੇ ਆ ਮੈਂ ਉੱਥੇ ਮੈਨੂੰ ਤੂੰ ਛੇਤੀ ਚੱਲ। ਹਾਂ ਜਾਂਦਾ ਜਾਂਦਾ ਫਿਰ ਦਾਦਾ ਨਾ ਖਿਆ ਕਰ ਪਿੱਛੇ ਲੱਗੀ ਹੋਈ ਆਪਾਂ ਪਤਾ ਕਰ ਲੈਂਦੇ ਇਸ ਟਾਈਮ ਕਿੱਥੇ ਨੇ ਆਪਾਂ ਚੱਲਦੇ। ਪਹਿਲਾਂ ਮੈਨੂੰ ਬਹੁਤ ਹੀ ਸ਼ਰੀਫ ਕੁੜੀ ਸਮਝਦਾ ਸੀ ਕਿਉਂਕਿ ਉਹਨੇ ਮੈਨੂੰ ਪਾਸਟ ਬਾਰੇ ਸਭ ਸੱਚ ਦੱਸ ਦਿੱਤਾ ਪਰ ਮੇਰੇ ਦਿਮਾਗ 'ਚ ਇਹਦੇ ਪਾਸਟ ਦੀ ਸ਼ੱਕ ਦੀ ਸੂਈ ਹਮੇਸ਼ਾ ਅਟਕਦੀ ਸੀ ਪਰ ਇਹਨਾਂ ਨੇ ਐਟ ਦੀ ਐਂਡ ਮੇਰਾ ਹੀ ਪ੍ਰੋਗਰਾਮ ਫਿੱਟ ਕਰ ਦਿੱਤਾ।
ਤੈਨੂੰ ਢਿੱਲੋਂ ਦੀ ਫੈਕਟਰੀ ਦਾ ਪਤਾ, ਜਿਹੜੀ ਬੰਦ ਪਈ ਫੈਕਟਰੀ ਆ ਉਹਦੀ ਪੁਰਾਣੀ, ਉੱਥੇ ਗਏ ਆ। ਉੱਥੇ ਮੈਂ ਜਾਂਦਾ ਇਹਨੂੰ ਪੜਾਉਂ। ਬਹਿ ਜਾ ਯਾਦ, ਇਕੱਲਾ ਜਾ ਕੇ ਨਾ ਉੱਥੇ ਆਪਣੀ ਸੰਗੀਤਾ ਦਾ ਸੰਗੀਤ ਸੈੱਟ ਕਰਦਾ ਕਰਦਾ ਕਿਤੇ ਆਪ ਨਾ ਬੇਸਰਾ ਹੋ ਜੀ, ਤੇਰੇ ਨਾਲ ਚੱਲਦੇ ਅਸੀਂ। ਚੱਲ ਕਿੰਨੀ ਕੁ ਦੂਰ ਹੈ? ਮੈਂ ਆਉਣੇ ਵਾਲੀ ਹੈ ਬਾਈ, ਅੱਗੇ ਆ। ਅੱਛਾ ਮੇਰੀ ਗੱਲ ਸੁਣੋ, ਉੱਥੇ ਜਾ ਕੇ ਕੰਟਰੋਲ ਰੱਖੀਏ ਆਪਣਾ, ਆਪਾਂ ਸਾਰਾ ਡਾਟਾ ਜੇ ਲੈਣਾ ਹੈ, ਟੀਮ ਆਪਣੀ ਉੱਥੇ ਲਾ ਕੇ ਪਹਿਲਾਂ ਸੈਟਅਪ ਲਾ ਕੇ, ਠੀਕ ਹੈ ਕਰਨਾ। ਪਹਿਲਾਂ ਤਾਂ ਲੱਗ ਗਈ ਹੋਊਗੀ ਟੀਮ ਨੂੰ, ਮੈਂ ਕਹਿ ਤਾ ਸੀ ਉਹਨਾਂ ਨੂੰ ਆਲਰੇਡੀ ਪਤਾ ਕਿੱਥੇ ਆ। ਉਹ ਆ ਗਈ ਬਾਈ ਫੈਕਟਰੀ, ਉਹ ਵੈਸੇ ਨਿਊ ਦੀ ਫੈਕਟਰੀ। ਅੱਛਾ ਜੀ, ਇੱਧਰ ਨੂੰ ਮੁੜ ਲਓ ਬਾਈ। ਹਾਂ ਹੈਲੋ ਹੈਲੋ ਸੋਹਣੇ ਹੋ, ਹੋਰ ਕਿੱਦਾਂ ਚੱਲਦੇ ਆ? ਬਸ ਮੇਰਾ ਤਾਂ ਵਧੀਆ ਹੀ, ਤੂੰ ਸੁਣਾ ਆਪਣਾ। ਅੱਛਾ ਤੂੰ ਇਹ ਗੇਮ ਕਿੱਦਾਂ ਪਾਈ ਯਾਰ, ਮੈਨੂੰ ਤੂੰ ਫੇਰ ਸਮਝਾ। ਹੁਣ ਇਹ ਤਾਂ ਮੇਰੇ ਫਿਸਮ ਦਾ ਚੱਲਦਾ। ਵੈਸੇ ਇਹ ਵਾਲਾ ਪੰਛੀ ਨਾ ਆਪਣੇ ਆਪ ਹੀ ਫਸ ਗਿਆ। ਅਜੇ ਤਾਂ ਹੋਰ ਬਾਕੀ ਬਹੁਤ ਕੁਛ ਕਰਾਂਗੇ। ਤੂੰ ਨਾ ਰੁਕ ਜਾ। ਹਾਂ ਆਈ ਆਈ ਗੇਟ ਮੁੰਡੇ ਬਾਈ। ਅੱਛਾ ਫੋ ਆ ਬਾਈ ਫੈਕਟਰੀ। ਓਕੇ ਆਹ ਉਹ ਗੱਡੀ ਖੜੀ, ਉਹੀ ਹੈ ਉਹ ਖੜੇ, ਉਹ ਆਪਣਾ ਕੈਮਰਾ ਮੈਨੂੰ ਰੁਕ ਇੱਥੇ ਰੁਕਦੇ ਅੱਗੇ ਗਿੱਲਾ, ਧਿਆਨ ਨਾਲ ਕੰਟਰੋਲ ਰੱਖੀ, ਜ਼ਿਆਦਾ ਗੱਲ ਕਰਦੇ ਚੱਲ ਗਈ। ਅੱਛਾ ਇਹ ਦੱਸ ਮੈਨੂੰ, ਉਹ ਸੰਜੂ ਦਾ ਕੀ ਬਣਿਆ? ਉੱਡਦਾ ਫਿਰਦਾ ਸੀ ਬਾਲਾ, ਲਾਤਾ ਥੱਲੇ ਯਾਰਾਂ ਨੇ ਸਾਰਾ। ਮੈਨੂੰ ਲੱਗਦਾ ਸੰਜੂ ਨੂੰ ਨਾ ਬਹੁਤ ਜਿਹੜੇ ਆਪਣੇ ਯਾਰ ਨਾਲ ਬੈਠ ਬੈਠ ਕੇ ਕਾਫੀਆਂ ਪੀਂਦੀ ਸੀ ਨਾ, ਸਾਰਾ ਕੁਝ ਦੇਖ ਕੇ ਆਇਆ ਮਾੜੀ ਮੋਟੀ ਸ਼ਰਮ ਨਹੀਂ ਆਈ? ਤੇਰਾ ਕਰਦਾ ਜਲੂਸ, ਪੈਸੇ ਚਾਹੀਦੇ ਸੀ ਤੂੰ ਮੇਤੇ ਮੰਗ ਲੈਂਦੀ ਪੈਸੇ, ਜਲੂਸ ਕੱਢਦਾ ਮੈਂ ਤੈਨੂੰ ਸੱਚਾ ਪਿਆਰ ਕਰਦਾ ਸੀ। ਗੰਦ ਬੋਲਿਆ ਨਾ, ਜਿਹੜੀ ਚੀਜ਼ ਵੀ ਕਹੀ ਆ ਉਹ ਸਾਰੀ ਸਾਡੇ ਕੈਮਰਾ ਚ ਰਿਕਾਰਡ ਆ, ਹੁਣ ਕਿਵੇਂ ਮੁੱਕਰੋਗੇ? ਝਾੜੇ ਕਿਹਨੂੰ ਕਹੀ ਜਾਂਦਾ ਸਕੀਮਾਂ ਲਾਉਂਦੇ? ਤੈਨੂੰ ਕਹਿੰਦਾ ਸਾਡਾ ਇਹਦੇ ਸਿਰ ਮੈਂ ਤਾਂ ਲਾਈਆਂ ਯਾਰ ਮਾਰ ਕਰਕੇ, ਬਣਦੇ ਤੇਰੇ ਹੋਰ ਵੀ ਆ। ਤੂੰ ਕਿੰਨੀਆਂ ਕੁ ਸਕੀਮਾਂ ਲਾਉਂਦੇ ਫਿਰਦੀਆਂ ਲੋਕਾਂ ਨੂੰ, ਕਿੰਨੇ ਕੁ ਬੰਦੇ ਲੁੱਟੇ ਯਾਰ? ਮੈਂ ਇੱਧਰ ਛੱਡਣਾ ਸੱਚ ਦੱਸ ਦੇ, ਕਿੰਨੇ ਬੰਦੇ ਹੋਰ ਠੱਗੀ ਮਾਰੀ? ਮੈਂ ਕੁਛ ਨਹੀਂ ਕੀਤਾ ਹੈ, ਹੈ ਨਹੀਂ ਕਿਹਾ ਸੀ ਮੈਨੂੰ? ਉਹ ਸਾਰਾ ਕੈਮਰੇ 'ਚ ਰਿਕਾਰਡ ਆ ਸਾਡੇ, ਸਾਰੀ ਇਹਨੂੰ ਦਿਖਾ ਕੇ ਲਿਆ ਤੁਹਾਡੇ ਫੁੱਫੜ ਨੂੰ, ਸਾਰਾ ਕੁਝ ਦੇਖਿਆ ਮੈਂ। ਤੈਨੂੰ ਬਹੁਤ ਪਿਆਰ ਕਰਦੀ ਹਾਂ। ਰੱਬ ਤੇ ਡਰ ਲੈ ਮੈਂ ਦੇਖ ਲਿਆ ਤੈਨੂੰ ਘੁੰਮਦੀ ਨੂੰ, ਤੈਨੂੰ ਪੈਸੇ ਚਾਹੀਦੇ ਸੀ ਤੂੰ ਮੇਤੇ ਮੰਗ ਲੈਂਦੀ। ਸਾਰੀ ਰਿਕਾਰਡਿੰਗ ਆ ਸਾਡੇ ਕੋਲ, ਤੁਹਾਡੀ ਇੱਕ ਤੋਂ ਇੱਕ ਹਫ਼ਤੇ ਤੁਹਾਡਾ ਪਿੱਛਾ ਕਰੀ ਜਾਂਦੇ, ਜਿਹੜਾ ਤੀਜਾ ਨਾ ਉਹ ਸਾਡਾ ਏਜੰਟ ਹੀ ਹੈ। ਜੀਤੇ ਹੁਣ ਨਵੀਂ ਗੇਮ ਕੌਣ ਨੂੰ ਫਿਰਦੇ ਹੋਰ ਨਹੀਂ ਹੈ। ਹੁਣ ਜੇ ਕਿਹਾ ਝੂਠ ਬੋਲਦੇ ਦੇਖ ਲਈ ਮੈਂ ਕੰਨ 'ਤੇ ਛੱਡਣਾ, ਮੈਂ ਕੁੜੀਆਂ 'ਤੇ ਹੱਥ ਲਾਉਂਦੇ ਬਰਖਲਾਫ ਹਾਂ, ਮੈਂ ਤਾਂ ਹੱਕ 'ਚ ਨਹੀਂ ਹੈਗਾ ਵੀ ਕੁੜੀਆਂ ਨੂੰ ਹੱਥ ਲਾਇਆ ਜਾਵੇ। ਮੇਰੇ ਤਾਂ ਲਾਤੇ ਤੁਸੀਂ, ਅਤੇ ਲਾ 'ਤੇ ਹੁਣ ਚੌਥਾ ਕੀ ਨਹੀਂ ਤਾਰੀ ਸੀ, ਤੇਰੇ ਤਾਂ ਵਾਲ ਹੋਰ ਪੱਟ ਹੋਣੇ ਅਜੇ। ਪਲੀਜ਼ ਤੁਸੀਂ ਮਾਫ਼ ਕਰ ਦਿਓ, ਇਹ ਸਭ ਕੈਮਰਾ ਸ਼ਕੋਟ ਕੀਤੇ, ਕੁਛ ਵੀ ਨਾ ਕਰਿਓ ਪਲੀਜ਼ ਬਾਈ, ਵਾਇਰਲ ਨਾ ਕਰਿਓ ਬਾਈ, ਸਾਡੀ ਜ਼ਿੰਦਗੀ ਰੁਲ ਜੇ ਬਾਈ, ਮਾਫ਼ ਕਰ ਦਿਓ ਸਾਨੂੰ। ਮਾਫ਼ੀ ਮੰਗਣੀ ਉਹ ਤੋਂ ਮੰਗੋ, ਅਸੀਂ ਕਿਸੇ ਨੂੰ ਡਾਂਟ ਨਹੀਂ ਦੇਵਾਂ ਭਾਈ, ਮੈਨੂੰ ਮਾਫ਼ ਕਰ ਬਾਈ ਯਾਰ, ਪਲੀਜ਼ ਮੈਨੂੰ ਪਤਾ ਬਹੁਤ ਵੱਡੀ ਗਲਤੀ ਕੀਤੀ ਹੈ, ਪਰ ਬਾਈ ਸਾਡੀ ਜ਼ਿੰਦਗੀ ਬਰਬਾਦ ਹੋ ਜਾਵੇ ਯਾਰ, ਮਾਫ਼ ਕਰ ਦੇ ਬਾਈ ਯਾਰ। ਚਲੋ ਠੀਕ ਹੈ, ਕੋਈ ਨਹੀਂ, ਅੱਗੇ ਤਾਂ ਧਿਆਨ ਰੱਖਿਓ, ਠੀਕ ਹੈ ਬਾਈ? ਸਮਝਦਾ, ਹਾਂਜੀ, ਇਹ ਗਲਤ ਹੁੰਦਾ, ਠੀਕ ਹੈ ਬਾਈ, ਕਿਸੇ ਦਾ ਦਿਲ ਦਿਖਾਉਣਾ, ਹਾਂਜੀ, ਬਹੁਤ ਮਾੜੀ ਗੱਲ। ਚੰਗੀ ਤਰ੍ਹਾਂ ਪੜ੍ਹਾਈ ਕਰਨੀ ਆ, ਕੁਛ ਬਣਦੀ ਆ, ਇਸੇ ਕਰਕੇ ਤਾਂ ਲੋਕ ਕਹਿੰਦੇ ਨੇ ਵੀ ਧੀਆਂ ਨਾ ਘਰ ਦੇ ਵਿੱਚ,
ਜੇ ਤੁਹਾਡੀ ਗੱਲ ਬਾਹਰ ਜਾਊਗੀ ਤਾਂ ਕਿੰਨੇ ਸੌ ਮਾਪੇ ਆਪਣੀਆਂ ਧੀਆਂ ਨੂੰ ਫਿਰ ਕੁੱਖਾਂ 'ਚ ਮਾਰਨ ਲਈ ਤਿਆਰ ਹੋਏ। ਅੱਗੇ ਤੋਂ ਨਹੀਂ ਹੈ ਭਾਈ, ਸਾਨੂੰ ਮਾਫ਼ ਕਰ ਦਿਓ, ਅੱਜ ਤੋਂ ਬਾਅਦ ਕੋਈ ਗਲਤੀ ਨਹੀਂ ਕਰਦੇ ਭਾਈ, ਮਾਫ਼ ਕਰ ਦਿਓ। ਕਈ ਵਾਰ ਜੰਗਲ 'ਚ ਗਿਆ ਸ਼ਿਕਾਰੀ ਖੁਦ ਹੀ ਸ਼ਿਕਾਰ ਹੋ ਜਾਂਦਾ, ਹਰਾਮ ਅਤੇ ਲੁੱਚਪਣੇ ਦੀ ਕਮਾਈ ਛੇਤੀ ਰਾਸ ਨਹੀਂ ਆਉਂਦੀ। ਟੋਪੀਆਂ ਪਾਣੀਆਂ, ਝੂਠ ਬੋਲਣੇ, ਕਿਸੇ ਦਾ ਨੁਕਸਾਨ ਕਰਨਾ, ਕਿਸੇ ਨੇਕ ਦਿਲ ਬੰਦੇ ਦਾ ਦਿਲ ਦਿਖਾਉਣ ਦੇ ਨਾਲੋਂ ਵੱਡਾ ਪਾਪ ਕੋਈ ਨਹੀਂ ਹੈ। ਕਿਸੇ ਦੀ ਫੀਲਿੰਗ ਨਾਲੋਂ ਖੇਡਣਾ ਇੱਦੂ ਵੱਡਾ ਪਾਪ ਕੋਈ ਨਹੀਂ ਹੈ। ਖਾਸ ਕਰ ਕੁੜੀਆਂ ਨੂੰ ਸੋਚ ਸਮਝ ਕੇ ਕਰਨਾ ਚਾਹੀਦਾ, ਕਿਉਂਕਿ ਅਸੀਂ ਸਮਾਜ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਹਾਂ। ਇਹ ਮੈਂ ਨਹੀਂ ਕਹਿੰਦਾ ਕਿ ਉਹਨਾਂ ਨੂੰ ਖੁੱਲ੍ਹ ਨਹੀਂ ਹੋਣੀ ਚਾਹੀਦੀ, ਪਰ ਉਹਨਾਂ ਦੀ ਇੱਕ ਕੀਤੀ ਹੋਈ ਗਲਤੀ ਕਈ ਕੁੜੀਆਂ ਨੂੰ ਕੁੱਖਾਂ ਦੇ ਵਿੱਚ ਮਰਵਾ ਦਿੰਦੀ। ਅਸੀਂ ਆਪਣੇ ਹਿਸਾਬ ਨਾਲ ਤਰੀਕੇ ਨਾਲ ਸਮਾਜ ਨੂੰ ਅੱਗੇ ਲੈ ਕੇ ਜਾਣਾ। ਇਸ ਤਰ੍ਹਾਂ ਦੀਆਂ ਚੋਰੀਆਂ ਟੋਪੀਆਂ ਪਾ ਕੇ ਬਾਹਲੀਆਂ ਕਮਾਈਆਂ ਨਹੀਂ। ਯਾਦ ਰੱਖਿਓ, ਆਰਾਮ ਦੀ ਕਮਾਈ ਆਰਾਮ ਦੀ ਖਾਂਦ ਲੱਗਦੀ, ਕਿਸੇ ਦਾ ਦਿਲ ਦੁਖਾ ਕੇ ਕਮਾਇਆ ਗਿਆ ਪੈਸਾ ਚੰਗੀ ਖਾਂਦ। ਖੈਰ, ਅਗਲੇ ਐਪੀਸੋਡ ਦੇ ਵਿੱਚ ਮੈਂ ਮਿਲਾਂਗਾ ਤੁਹਾਨੂੰ ਨਵੀਂ ਕਹਾਣੀ ਦੇ ਨਾਲ। ਉਦੋਂ ਤੱਕ ਕਰਤਾਰ ਚੀਮੇ ਦੀ ਸਤਿ ਸ਼੍ਰੀ ਅਕਾਲ। ਚਲੋ ਬਈ, ਕੁਛ ਨਹੀਂ, ਚਲੋ 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 ਚਲੋ।